Itu pun aja loh. ਹਾਂਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਕਿਵੇਂ ਹੋ ਸਾਰੇ? ਠੀਕ ਠਾਕ? ਅੱਜ ਜਾ ਰਹੇ ਹਾਂ ਸੌਦਾ ਪਤਾ ਲਿਆਉਣ ਵਾਸਤੇ ਉੱਥੇ ਦਾ, ਕਿਉਂਕਿ ਸਵੇਰੇ ਮਹੂਰਤ ਗੁਰਾਮਦਾਸ ਦੀ ਕਿਰਪਾ ਨਾਲ ਸਾਰੇ ਕੰਮ ਹੋਣ ਡੇ ਵਧੀਆ ਤਰੀਕੇ ਨਾਲ, ਬਾਕੀ ਮਹਾਰਾਜ ਕਿਰਪਾ ਕਰੇ ਅਤੇ ਸਵੇਰੇ ਸਮੱਸਿਆ ਦਾ ਪਾਠ ਕਰਾਉਣਾ ਅਤੇ ਹਲਵਾਈ ਨੂੰ ਕੱਲ੍ਹ ਦਾ ਕਿਹਾ ਵਾ ਅਤੇ ਉਸਦੇ ਚੱਕਰ ਸਮਾਨ ਸਮ ਥੋੜ੍ਹਾ ਬਹੁਤ ਮੈਂ ਲੈਣ ਦਾ ਥੋੜ੍ਹਾ ਬਹੁਤ ਲੈਣ ਚੱਲੇ ਹਾਂ। ਕਿੰਨੀ ਰੈਡੀ ਹੋ ਗਈ? ਮੈਂ ਰੈਡੀ ਹੋ ਗਈ ਤੁਹਾਡੇ ਤੋਂ ਪਹਿਲੋਂ ਵੇਲਾ। ਥੋੜ੍ਹਾ ਬਹੁਤ ਸਮਾਨ ਗੱਡੀ 'ਚ ਰੱਖ ਲਿਆ ਅਤੇ ਬਾਕੀ ਮੰਮੀ ਨੂੰ ਨਾਲ ਲੈ ਕੇ ਜਾਂਦੇ ਹਾਂ ਅਤੇ ਥੋੜ੍ਹਾ ਬਹੁਤ ਉੱਥੇ ਸਾਫ਼ ਸਫਾਈ ਕਰਨ ਵਾਲੀ ਥੋੜ੍ਹੀ ਬਹੁਤ, ਕੱਲ੍ਹ ਵੀ ਨਾ ਕੀਤੀ ਥੋੜ੍ਹੀ ਬਹੁਤ, ਬਾਕੀ ਅਜੇ ਕਰਨ ਵਾਲੀ ਬਾਕੀ ਹੈ। ਚਲੋ ਫਿਰ, ਬਾਕੀ ਪਰਮਾਤਮਾ ਸਾਰੇ ਕੰਮ ਠੀਕ ਕਰਨ ਵਾਲਾ, ਅਸੀਂ ਕੌਣ ਹੁੰਦੇ? ਅਤੇ ਬਾਕੀ ਆ ਕਿ ਸੌਦਾ ਪਤਾ ਲਿਆਉਣਾ ਪੈਣਾ ਜ਼ਰੂਰੀ, ਕਰਾਨੇ ਦਾ ਸਮਾਨ ਹੋਰ ਲੱਟਣਾ ਪੈਣਾ ਛੋਟਾ ਮੋਟਾ ਸਮਾਨ। ਚਲੋ ਫਿਰ ਲੈ ਜਾਈਏ, ਨਾਲੇ ਉੱਧਰ ਦੀਪ ਨੂੰ ਵੀ ਲਾਉਂਦੇ ਨਾਲ ਕੰਮ, ਉਹਨੂੰ ਨਾਲ ਲਾਉਂਦੇ ਕੰਮ 'ਤੇ। ਚਲੋ ਫਿਰ ਚੱਲੀਏ, ਇੱਧਰ ਪੈਕਿੰਗ ਸ਼ੈਕਿੰਗ ਕਰ ਲਈਏ ਥੋੜ੍ਹੀ ਬਹੁਤ। ਚਲੋ ਨਵੀਂ ਪਲਾ, ਉਹ ਠੀਕ ਆ, ਉਹ ਠੀਕ ਬਾਹਰ ਸਬਜ਼ੀ ਵਾਲਾ ਭਾਈ ਆਇਆ ਅੱਜ, ਦਿਨ ਬੜਾ ਵਧੀਆ ਲੱਗਾ, ਧੁੱਪ ਬੜੀ ਵਧੀਆ ਲੱਗੀ, ਗੱਡੀ ਦੀ ਸਟਿਪਣੀ ਪੈਂਚਰ ਹੋਈ, ਉਹਨੂੰ ਪੈਂਚਰ ਲਵਾਉਣ ਵਾਲਾ ਵਾ, ਉਹ ਵੀ ਮਗਰ ਹੀ ਰੱਖਿਆ ਅਜੇ ਫਿਲਹਾਲ, ਸਟਿਪਣੀ ਉੱਪਰ ਹੀ ਰੱਖੀ, ਮੈਂ ਫਿਰ ਥੱਲੇ ਕੱਢਣੀ ਥੋੜ੍ਹੀ ਔਖੀ, ਉੱਪਰ ਹੀ ਰੱਖੀ ਆ, ਸੈਂਟਰ ਰੱਖ ਲਿਆ, ਉਹ ਛੋਟਾ ਮੋਟਾ ਸਮਾਨ ਲੈ ਜਾਂਦੇ ਜੋ ਵੀ ਸਾਨੂੰ ਚਾਹੀਦਾ ਵਾ। ਤਿਆਰੀ ਹੋ ਗਈ ਆਪਣੀ, ਚੋਪਰ ਔਲਾ ਨਹੀਂ ਹੁਣ ਪਾਉਣਾ, ਮੰਮੀ ਨੂੰ ਡੀਕਣ ਡੇ, ਮੰਮੀ ਹੈਗੇ ਤਿਆਰ ਹੋਣ ਡੇ, ਅੰਦਰ ਗੇਟ ਖੋਲੀਏ ਬਾਹਰ ਦਾ ਉਹਨਾਂ ਚਿਰ। ਹਾਂ, ਸਾਡੀ ਜਗ੍ਹਾ ਇੱਥੋਂ ਲੱਗ ਕੇ ਗੇਟ ਤੋਂ ਲੱਗ ਕੇ ਤਾਂ ਕਾਫ਼ੀ ਲੰਮੀ, 20 ਫੁੱਟ ਜਗ੍ਹਾ ਵਾ, ਜਿਹੜੀ ਉੱਥੇ ਬੱਚ ਲਈ ਉਹ 15 ਫੁੱਟ ਵਾ, ਇੰਨੀ ਕੁ ਮਹਾਂ ਗੱਡੀ ਲੱਗ ਕੇ ਇੰਨੀ ਕੁ ਜਗ੍ਹਾ ਬਚਦੀ ਹੈ, ਇਹ ਲੱਗ ਕੇ ਤਾਂ ਫਿਰ 5 ਫੁੱਟ ਜਗ੍ਹਾ ਬਚ ਜਾਂਦੀ, ਗੱਡੀ ਵਾਸਤੇ ਜਗ੍ਹਾ ਵੱਡੀ ਛੱਡਣੀ ਚਾਹੀਦੀ ਵੈਸੇ, ਬਲਿਆ ਵਾ ਇਹ ਠੰਡਾ, ਬਲਿਆ ਬਲਿਆ ਅੱਜ ਫੇਰ ਆ ਗਈ, ਚੱਲ ਉੱਠ, ਬੁੱਫੀ ਪਾ, ਬੁੱਫੀ ਪਾ ਦੋ, ਫੁੱਫੂ ਨੂੰ ਪਾ ਦੋ, ਅਰਗੁਣ ਆਈ ਨੀ ਕਿਤੇ, ਕਦੇ ਛੋਣਾ ਬਾਬੂ ਨੀ, ਦਾਦੀ ਦਾਦੀ ਨੂੰ ਵੀ ਪਾ ਦੇ, ਦਾਦੀ ਨੂੰ ਬੱਫੀ ਪਾ ਦੋ, ਬੱਫੀ ਪਾ ਦੋ, ਬੱਫੀ ਪਾ ਦੋ, ਦਾਦੀ ਨੂੰ ਬੱਫੀ ਪਾ ਦੋ, ਬੱਫੀ ਪਾ ਦੋ, ਹਰੀ ਕਰਦੇ ਅਰਗੁਣ ਆਓ ਕਾਕਾ, ਕੈਰੀਅਰ ਵੇਖ ਕੇ ਸਾਰੇ ਖੁਸ਼ ਹੋਣ ਡੇ, ਆਹ ਆ ਜਾਣਾ ਮੰਜਨ ਟਕਲਰ ਕਰਾ ਲੈਂਦੇ ਨਾ।
ਆਪਣੀ ਮਰਜ਼ੀ ਨਾਲ ਕਰਕੇ ਗਿਆ ਹੋ ਗਿਆ ਪੀਲਾ ਰੰਗ, ਅਸੀਂ ਥੋੜੀ ਉਹਨੂੰ ਕਿਆ ਕਰ, ਅਸੀਂ ਜਾਂ ਵੱਟੇ ਗਏ ਸੀ, ਆਪੇ ਕਰ ਗਿਆ, ਆਪਣੇ ਕੋਲੋਂ ਲਿਆ ਕੇ ਆਪ ਮੰਮੀ ਕਰਕੇ ਜਾਵਾਂਗੇ। ਚੱਲ ਕੋਈ ਨੀ, ਚੱਲਾਂਗੇ ਜੋ ਹੋਣਾ। ਇੱਧਰ ਮੰਮੀ ਡਏ ਨੇ ਜਿਹੜਾ ਲਾਜੂ ਭਾਤੂ ਗੱਤੇ ਗੁੱਤੇ ਦਾ ਸਮਾਨ, ਉਹਨਾਂ ਨੂੰ ਅੱਗ ਲਾਉਣ ਡਏ ਨੇ ਬਾਹਰ। ਕਿੱਥੇ ਲਾਉਣੇ? ਥੱਲੇ ਦੱਸ, ਉੱਤੇ ਲਾ ਦੇਣੀ ਉੱਤੇ। ਮੰਮੀ ਵਿਚਾਰੀ ਧੁੱਪੇ ਲੱਗੀ, ਮੰਮੀ ਕਹਿੰਦੇ ਚੱਲ ਮੈਂ ਕਰਾ ਦਿੰਦੀ, ਮੰਮੀ ਨੂੰ ਨਾਲ ਲਿਆਂਦਾ ਸੀ। ਇੱਧਰ ਬਾਬੂ ਆਇਆ ਗ੍ਰੀਨ ਟੀ ਸ਼ਰਟ ਪਾਈ ਲੈਣਾ ਵਾਲੀ, ਮੈਂ ਤਾਂ ਬੜਾ ਫਸਿਆ। ਆ ਕਰਨੀ ਚੁੱਕ ਕੇ ਫਿਰ ਕਰ ਲਈ, ਹੌਦੀ ਜਿਹੜੀ ਨਾ ਬਾਹਰ ਪਾਣੀ ਨਾ ਭਰ ਗਈ, ਰੇਤ ਬੜੀ ਕੱਢੀ, ਆਹੋ ਉਹ ਰੇਤ ਬੜੀ ਦੀਪੂ ਨਿਕਲੀ, ਬਾਲਟੀ ਇੱਕ ਨਿਕਲ ਆਈ ਹੋਣੀ ਰੇਤ ਦੀ, ਮੱਗਾਂ ਦੇ ਨਾਲ ਕੱਢ ਕੇ ਸੁੱਟੀ। ਇੱਧਰ ਤੁਸੀਂ ਮਹਾਰਾਜ ਜਿਹਨੇ ਦਰਸ਼ਨ ਕਰਨੇ ਨਾਲ ਝੱਟ ਹੋ ਜਾਂਦੇ, ਜਿਹੜਾ ਵੀ ਆਊਗਾ ਆਹ ਬੰਦ ਵੱਜੀ ਗੱਲ, ਦਰਵਾਜ਼ਾ ਛੋਟਾ ਹੋਇਆ। ਆਲੂ ਵੀ ਕੱਚੇ, ਇੱਕ ਇੱਕ ਨਾਲ ਗੋਭੀ ਫੜਾਤੀ ਕੱਚੀ ਤੇ ਨਾਲ ਇੱਕ ਇੱਕ ਆਲੂ। ਗੋਭੀ ਗਾਭੀ ਬਾਬੇ ਕੋਲ ਲਾਓ, ਉਹਦਾ ਬੰਦਾ ਚੰਗਾ ਕਰਨੀ।
ਤੂੰ ਰੇਤ ਲਾਈ ਜਾ ਰੱਸੀ ਬੰਦ ਹੋ ਗੇਟ ਨੂੰ ਤਾਂ ਇਹਨੂੰ ਰੱਸੀ ਬੰਨੀ ਜਾਏ ਨਾਲੇ ਬੂਟਾ ਕੋਈ ਲਈ ਜਾਊ ਰੱਸੀ ਦੇ ਬਹਿ ਕੇ ਆਹ ਤੇ ਬਸ ਕਦੀ 96 ਕਾਲਾ ਹੀ ਜਾਂਦਾ ਕਦੀ ਰੇਤ ਟੀ ਸ਼ਰਟ ਪਤਾ ਅੱਜ ਪਾਈ ਨਵੀਂ ਇਹਦੇ ਵਿੱਚ ਨਾ ਘੁੰਮਦੇ ਆ ਉਹਦੇ ਤੰਦੂਰ ਵਾਲੇ ਦੇ ਕੰਮ ਆ ਜਾਂਦੇ ਮਿੱਤਰ ਮੇਰਾ ਤਾਂ ਇਹ ਵੀ ਲੱਗਦਾ ਕਿ ਤੰਦੂਰ ਸੁੱਟ ਦੇ ਕੀ ਹੋਣਾ ਨਹੀਂ ਆ ਤੇ ਚਾਹੀਦੇ ਨਾ ਉਹਨੂੰ ਲਾਉਂਦੇ ਕਰ ਦੋ ਅੰਦਰ ਹਾਂ ਇੱਟਾਂ ਉੱਤੇ ਰੱਖ ਧਿਆਨ ਨਾਲ ਅੰਦਰੋਂ ਹੀ ਤਾਂ ਮਾਰਨ ਦਾ ਨਾਮ ਹੈ।
ਝਾੜੂ ਫੇਰ ਦੋ ਵਾਈਪਰ ਵੇਲਾ ਕੰਮ ਆ ਗਿਆ ਨਾ ਫਿਰ ਆਪਾਂ ਗਏ ਦੁਕਾਨ ਤੇ ਚੇਂਜ ਕਰਾਉਣ ਵਾਸਤੇ, ਪਸੰਦ ਨਹੀਂ ਆਇਆ ਕੱਲ ਖੜਿਆ ਸੀ ਜੋ ਹਲਵਾਈਆਂ ਲਿਖਾਇਆ ਵਗੈਰਾ ਜੋ ਵੀ ਆ ਸਾਰਾ ਹਨੇਰਾ ਉੱਥੇ ਬੜਾ ਹੋ ਗਿਆ, ਸਾਫ਼ ਸਫਾਈ ਕਰਦਿਆਂ ਬੜਾ ਟਾਈਮ ਲੱਗ ਗਿਆ ਉੱਥੇ ਤੇ ਹੁਣ ਦੀਪ ਨੂੰ ਗਿਆ ਨਾਲ ਚੱਲੀ, ਉਹ ਵੀ ਜਾਊਗਾ ਨਾਲ ਤੇ ਫਿਰ ਸੌਦਾ ਲੈ ਆਉਂਦੇ ਜੋ ਵੀ ਸਾਰਾ ਹਲਵਾਈਆਂ ਸਮਾਨ ਲਿਖਿਆ ਜੋ ਸਬਜ਼ੀਆਂ ਵਗੈਰਾ, ਕਿਉਂਕਿ ਸਵੇਰੇ ਹਨੇਰੇ ਤੇ ਜਾ ਨਹੀਂ ਹੋਣਾ ਤੇ ਚੱਕਰ ਜਿਹਾ ਕਿ ਚਲੋ ਹੁਣ ਹੀ ਲੈ ਆਉਂਦੇ ਹਾਂ। ਚਲੋ ਮਿਲਦੇ ਹਾਂ ਫਿਰ ਤੁਹਾਨੂੰ। ਲੈ ਵੀ ਨਾਲ ਆਇਆ ਚਿੰਕਲ ਇੱਥੇ ਇੱਥੋਂ ਸਮਾਨ ਕੱਢਦੇ ਹਾਂ। ਸੁਣ ਕਿਹਾ ਦੀਪ ਆਇਆ ਨਹੀਂ, ਦੀਪ ਕਹਿੰਦਾ ਮੈਨੂੰ ਕੰਮ ਆ ਕੋਈ, ਫੁੱਲ ਵਧੀਆ ਕਿਰਾਏਦਾਰ ਫਿਲਹਾਲ ਲੈ ਲਿਆ ਅਸੀਂ, ਹੁਣ ਇੱਥੇ ਸਬਜ਼ੀ ਲੈਣ ਇਹ ਮੈਂ ਕਿਹਾ ਰਾਤ ਹੀ ਲੈ ਚੱਲਦੇ ਹਾਂ ਹੁਣ ਅਤੇ ਸਵੇਰੇ ਫਿਰ ਮੋਰਨਿੰਗ ਟਾਈਮ ਬਹੁਤ ਕੰਮ ਬੜੇ ਹੋਣੇ ਅਤੇ ਮੁਸ਼ਕਲ ਹੋ ਜਾਣੀ। ਲਿਸਟ ਆਪਾਂ ਹੱਥ ਫੜੀ ਭਾਜੀ ਨੇ ਤੋਲਣ ਡੇ ਸਬਜ਼ੀ ਹੈ ਵੀ, ਚਿੰਕਲ ਵੀ ਖੁਸ਼ ਹੋ ਗਿਆ ਪੱਥਰ ਵੇਖ ਕੇ, ਪਰ ਆਹ ਰੰਗ ਨਹੀਂ ਸਹੀ ਹੋਣਾ ਚਿੰਕਲ ਹੈ, ਇਹ ਪੀਲਾ ਰੰਗ ਕਰ ਗਿਆ ਬੰਦਾ ਸਾਡਾ, ਉਹ ਆਪਣੇ ਕੋਲੋਂ ਕਰ ਗਿਆ, ਮੈਂ ਉਹਨੂੰ ਪੱਥਰ ਕਿਹਾ ਕਰਨ ਵਾਸਤੇ ਪਰ ਆਹ ਉਹ ਆਪੇ ਕਰ ਗਿਆ, ਚੱਲ ਉੱਡ ਜਾਣਾ ਕੋਈ ਗੱਲ ਨੀ, ਕਲੀ ਕੀਤੀ ਉਹਨੇ ਕਲੀ ਉੱਡ ਥੋੜੇ ਸਮੇਂ, ਅਜੇ ਵਾਈਟ ਕਰਾਵਾਂਗੇ, ਅਜੇ ਥੋੜਾ ਰੋਕੇ ਕਰਾਵਾਂਗੇ ਯਾਰ, ਅਜੇ ਨਾ ਅਜੇ ਜ਼ੋਰ ਬੜਾ ਹੋ ਗਿਆ ਯਾਰ। ਚਲੋ ਵੀ ਸਮਾਨ ਆਪਾਂ ਲੈ ਕੇ ਆਏ, ਸੌਦਾ ਪੱਤਾ ਵਗੈਰਾ ਲੈਂਦਾ ਤੇ ਹੁਣ ਚਲੋ ਅਗਲੀ ਗੱਡੀ 'ਚ ਰੱਖਦੇ ਹਾਂ ਅਗਲੀ ਸਾਈਡ। ਪੀਲਾ ਬੜਾ ਵਧੀਆ ਪਾਣੀ ਲੈ ਵੀ ਚਿੰਕਲਾ ਵੇਖਣ ਡਿਆ ਆਉਂਦਾ, ਗ੍ਰਿਲ ਆਪ ਤਿਆਰ ਕਰੋ, ਮੈਂ ਨੈੱਟ ਤੋਂ ਮੈਂ ਕੱਢ ਕੇ ਨਾ ਡਿਜ਼ਾਇਨ ਫਿਰ ਤਿਆਰ ਕਰਵਾਇਆ ਅਤੇ ਚ ਲੱਕੜ ਆਪਾਂ ਭਰਾਂਗੇ ਬੜੇ ਵਧੀਆ ਤਰੀਕੇ ਨਾਲ ਕਰਾਂਗੇ ਤਿਆਰ, ਅਤੇ ਬਾਕੀ ਆ ਚਿੰਕਲ ਪਹੁੰਚੂਗਾ ਸਵੇਰੇ ਦਸਤਾਰ ਬੰਨ ਕੇ ਹੈ ਕਿ ਨਹੀਂ। ਚਲੋ ਵੀ ਚੱਲ ਪਿਆ ਆਪਾਂ ਘਰ ਨੂੰ ਵਾਪਸ, ਅਤੇ ਚਲੋ ਫਿਰ ਮਿਲਦੇ ਹਾਂ ਤੁਹਾਨੂੰ ਘਰ ਜਾ ਕੇ। ਜੇ ਮੈਂ ਲੇਟ ਹੋ ਗਿਆ ਤੁਹਾਨੂੰ, ਟਾਈਮ ਵੇਖੋ ਕਾਫੀ ਹੋ ਗਿਆ, ਵੇਖੋ ਟਾਈਮ ਕਰੋ ਚੈੱਕ, 10:45 ਦਾ ਟਾਈਮ ਹੋ ਗਿਆ ਕਿਉਂਕਿ ਸਮਾਨ ਤੁਹਾਨੂੰ ਪਹੁੰਚਾਉਣਾ ਸੀ ਇੱਥੇ, ਫਿਰ ਮੋਰਨਿੰਗ ਟਾਈਮ ਮਿਲਦੇ ਹਾਂ ਤੁਹਾਨੂੰ।